Hello everyone, very good morning to all of you. You all are most welcome once again on your own channel, that is Hunar Classes Patiala. And yesterday in the last lecture we have done William Shakespeare, that was the last writer of Elizabethan age, and today moving to the next age, which is Jacobean age, and the very first writer of Jacobean age, Mr. John Donne, who is a great poet of English language. So without wasting any time, let us start with John Donne today. So John Donne da janam hunda ji 1572 de vich. John Donne was born in 1572 and died on 1631. Let us start. English poet sige ji, clerk sige, लॉयर सीगे, वकील भी सीगे, है ना। बोर्न इन ब्रेड स्ट्रीट लंदन इन 1572, ब्रेड स्ट्रीट दे विच लंदन दे विच जन्म हुंदा इन्हां दा। नैक्सट, बिलोंगड टू अ प्रोमीनेंट रोमन कैथोलिक फैमिली, एक बहुत ही वधिया रोमन कैथोलिक फैमिली नूं बिलोंग करदे सी, ते रोमन कैथोलिक्स जिहड़े लोक हैगे आ उह ज़्यादातर रहिंदे आ मतलब रोमन कंट्रीज दे विच, फॉर एग्जाम्पल फ्रांस दे विच, इटली दे विच, है ना, इस तरह दी कंट्रीज ते स्पेन हो गया इहदे विच। जे आपां गल करिए तां 2.3 मिलियन दे विचों 1.3 मिलियन जिहड़े हैगे आ उह रोमन कैथोलिक्स हैगे आ, ते बाकी इंग्लैंड दी जिहड़ी चर्च आ उहनां नूं मन्नण वाले हैगे आ। तां इह आपणे टॉपिक दा विशा नहीं आ, आपां अग्गे पढ़दे हां। रोमन कैथोलिक फैमिली नूं बिलोंग करदे सी कौन, जॉन डन, रहिंदे सी इंग्लैंड दे विच। ओबवियस जी गल आ कि इह उत्थों दी जिहड़ी इंग्लिश चर्च आ उहदे विरोध दे विच मन्निया जांदा सी इहनां नूं, है ना, बट कन्वर्टिड टू एंगलिकनिज्म। तो फिर की आ एंगलिकनिज्म दे विच कन्वर्ट हो गए, कन्वर्ट मतलब अपनी जिहड़ी इंग्लैंड दे विच इंग्लैंड दी चर्च सी उहनूं मन्नण लग गए, है ना, ड्यूरिंग 1590s। नैक्सट, ही वॉज एजुकेटेड एट द यूनीवर्सिटी ऑफ ऑक्सफोर्ड, यूनीवर्सिटी दे विच पढ़े उह, है ना। नैक्सट, हिज नैक्सट थ्री ईयर्स, तीन साल उस तों बाद 1590 ਤੋਂ ਬਾਅਦ ਲਗਾ ਲਓ, ਹੈ ਨਾ, ਵਰ ਸਪੈਂਟ ਐਟ ਦਾ ਯੂਨੀਵਰਸਿਟੀ ਆਫ ਕੈਂਬਰਿਜ, ਆਕਸਫੋਰਡ ਤੋਂ ਬਾਅਦ ਉਹ ਕੈਂਬਰਿਜ ਦੇ ਵਿੱਚ 3 ਸਾਲ ਉਹਨਾਂ ਨੇ ਲਗਾਏ। ਬਟ ਹੀ ਰਿਸੀਵਡ ਨੋ ਡਿਗਰੀ, ਉਹਨਾਂ ਨੂੰ ਕੋਈ ਡਿਗਰੀ ਨਹੀਂ ਮਿਲੀ। ਇਹ ਕੀ ਕਾਰਨ ਹੋਇਆ ਵੀ ਪੜ੍ਹੇ ਵਿਚਾਰੇ ਦੀ ਡਿਗਰੀ ਨਹੀਂ ਮਿਲੀ ਐਟ ਈਦਰ ਯੂਨੀਵਰਸਿਟੀ, ਨਾ ਹੀ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ, ਨਾ ਹੀ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ, ਬਿਕੋਜ਼ ਹੀ ਰਿਫਿਊਜ਼ਡ ਟੂ ਟੇਕ ਦਾ ਓਥ ਆਫ ਸੁਪਰਮੇਸੀ ਰਿਕੁਆਇਰਡ ਐਟ ਦਾ ਗ੍ਰੈਜੂਏਸ਼ਨ। ਜਦੋਂ ਗ੍ਰੈਜੂਏਸ਼ਨ ਸੈਰੇਮਨੀ ਆਪਣੇ ਵੀ ਉਸੇ ਤਰਜ਼ ਤੇ ਹੁੰਦੀ ਆ ਕਾਲਜਸ ਦੇ ਵਿੱਚ ਡਿਗਰੀ ਲੈਣ ਲਈ, ਤਾਂ ਉਹਨਾਂ ਨੂੰ ਜਦੋਂ ਓਥ ਆਫ ਸੁਪਰਮੇਸੀ, ਜਦੋਂ ਮਤਲਬ ਇੱਕ ਸਹੁੰ ਚੁਕਾਈ ਦੀ ਰਸਮ ਹੁੰਦੀ ਆ ਉਹ ਕਰਨ ਲਈ ਕਿਹਾ ਗਿਆ, ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ, ਹੈ ਨਾ। ਇਨਕਾਰ ਕਿਉਂ ਕਰ ਦਿੱਤਾ, ਕਿਉਂਕਿ ਲਾਸਟ ਉਹਦੇ ਵਿੱਚ ਕਿੰਗ ਹੈਨਰੀ ਜਿਹੜੇ 8 ਸੀਗੇ, ਉਹਨਾਂ ਨੇ ਇੱਕ ਰੀਤ ਸ਼ੁਰੂ ਕੀਤੀ ਸੀ ਕਿ ਕਾਲਜਸ ਦੇ ਵਿੱਚ ਜਿਹੜੀ ਹੈਗੀ ਆ ਇੱਕ ਓਥ ਆਫ ਸੁਪਰਮੇਸੀ, ਕਿਹੜੇ ਧਰਮ ਦੀ ਜਾਣੀ ਕਿ ਤੁਸੀਂ ਬਿਲੋਂਗ ਕਰਦੇ ਹੋ, ਤੁਹਾਨੂੰ ਇਨਡਾਇਰੈਕਟਲੀ ਇੱਕ ਦੱਸਣਾ ਹੁੰਦਾ ਕਿ ਅਸੀਂ ਇਸ ਧਰਮ ਨੂੰ ਬਿਲੋਂਗ ਕਰਦੇ ਹਾਂ, ਹੈ ਨਾ, ਜਾਂ ਉਸ ਸਟੇਟ ਦੇ ਵਿੱਚ ਰਹਿਣ ਲਈ ਤੁਸੀਂ ਇੱਕ ਸਹੁੰ ਚੁੱਕਦੇ ਸੀਗੇ ਵੀ ਹਾਂ ਅਸੀਂ ਭਾਈ ਇਸੀ ਪਰਟੀਕੁਲਰ ਸਟਰਕਚਰਡ ਜਿਹੜੀ ਹੈਗੀ ਆ ਤੁਹਾਡੀ ਰਿਲੀਜੀਅਸ ਕਮਿਊਨਿਟੀ ਇਹਦੇ ਵਿੱਚ ਹੀ ਰਹਿੰਦੇ ਹਾਂ, ਅਤੇ ਇਹਨੂੰ ਹੀ ਬਿਲੋਂਗ ਕਰਦੇ ਹਾਂ, ਇਹਨੂੰ ਹੀ ਮੰਨਦੇ ਹਾਂ। ਕਿੰਗ ਹੈਨਰੀ 8 ਤੋਂ ਬਾਅਦ ਇੱਕ ਮਹਾਰਾਣੀ ਹੋਰ ਹੋਏ ਉੱਥੋਂ ਦੇ, ਉਹਨਾਂ ਦਾ ਨਾਮ ਸੀ ਕੁਈਨ ਮੈਰੀ। ਉਹਨਾਂ ਨੇ ਜਿਹੜੀ ਰਸਮ ਸੀਗੀ ਬੰਦ ਕਰ ਦਿੱਤੀ। ਉਸ ਤੋਂ ਬਾਅਦ ਜਦੋਂ ਕੁਈਨ ਐਲਜਾਬੈਥ ਜਦੋਂ ਫਿਰ ਆਪਣਾ ਗੱਦੀ ਤੇ ਬਹਿੰਦੇ ਆ, ਉਹ ਫਿਰ ਇਸੇ ਰਸਮ ਨੂੰ ਜਿਹੜਾ ਹੈਗਾ ਸ਼ੁਰੂ ਕਰ ਦਿੰਦੇ ਆ, ਓਥ ਆਫ ਸੁਪਰਮੇਸੀ ਕਿ ਸਹੁੰ ਚੱਕਣੀ ਪਊਗੀ। ਅਤੇ ਉਹਨਾਂ ਨੇ ਦੋਵਾਂ ਯੂਨੀਵਰਸਿਟੀਜ਼ ਦੇ ਵਿੱਚ, ਕਿਹਨਾਂ ਨੇ, ਜੌਨ ਡਨ ਸਾਹਿਬ ਨੇ ਸਹੁੰ ਚੱਕਣ ਤੋਂ ਮਨਾ ਕਰਤਾ, ਉਹਨੂੰ ਡਿਗਰੀ ਇਸੇ ਕਰਕੇ ਨਹੀਂ ਮਿਲੀ, ਹੈ ਨਾ। ਸੋ ਆਫਟਰ ਦਿਸ ਡਨ ਬਿਗੇਨ ਦਾ ਸਟੱਡੀ ਆਫ ਲਾਅ ਸ਼ੁਰੂ ਕਰਤੀ ਵਿਚਾਰੇ ਨੇ। ਹੁਣ ਲਿੰਕਨਜ਼ ਇਨ ਕਾਲਜ ਦੇ ਵਿੱਚ ਲੰਡਨ ਦੇ ਵਿੱਚ ਇਨ 1592 ਦੇ ਵਿੱਚ, ਹੈ ਨਾ, ਸੀਮਡ ਡਿਸਟਾਈਨਡ ਫੋਰ ਲੀਗਲ ਐਂਡ ਡਿਪਲੋਮੈਟਿਕ ਕੈਰੀਅਰ, ਕਿ ਉਹ ਵਕੀਲੀ ਕਰਨਗੇ ਜਾਂ ਮਤਲਬ ਲਾਅ ਜਾਂ ਲੀਗਲ ਜਾਂ ਡਿਪਲੋਮੈਟਿਕ ਉਹਦੇ ਵਿੱਚ ਆਪਣਾ ਫੀਲਡ ਦੇ ਵਿੱਚ ਕੈਰੀਅਰ ਬਣਾਉਣਗੇ। ਡਨ ਵਾਜ ਅਪੁਆਇੰਟਡ ਐਜ ਆ ਚੀਫ ਸੈਕਰੇਟਰੀ ਟੂ ਲਾਰਡ ਕੀਪਰ, ਚੀਫ ਸੈਕਰੇਟਰੀ ਬਣਾ ਦਿੱਤਾ ਗਿਆ ਟੂ ਲਾਰਡ ਕੀਪਰ ਆਫ ਦਾ ਗ੍ਰੇਟ ਸੀਲ ਸਰ ਥੋਮਸ ਈਗਰਟਨ, ਇਹ ਨਾਮ ਯਾਦ ਰੱਖਿਓ ਜੀ, ਐਂਡ ਵਾਜ ਐਸਟੈਬਲਿਸ਼ਡ ਐਟ ਈਗਰਟਨਸ ਲੰਡਨ ਹੋਮ, ਉਹਨਾਂ ਦੇ ਘਰ ਦੇ ਵਿੱਚ ਹੀ ਉਹ ਰਹਿਣ ਲੱਗ ਗਏ, ਹੈ ਨਾ, ਯੋਰਕ ਹਾਊਸ ਦੇ ਵਿੱਚ। ਕੰਸਿਡਰ ਟੂ ਬੀ ਦਾ ਮੋਸਟ ਇਨਫਲੂਐਂਸ਼ੀਅਲ ਸੋਸ਼ਲ ਸੈਂਟਰ ਇਨ ਇੰਗਲੈਂਡ, ਇੰਗਲੈਂਡ ਦੇ ਵਿੱਚ ਬਹੁਤ ਹੀ ਉਹਨਾਂ ਦਾ ਪ੍ਰਭਾਵ ਸੀਗਾ। ਡਿਊਰਿੰਗ ਦੀਸ ਈਅਰਸ ਹੀ ਫੈਲ ਇਨ ਲਵ ਵਿਦ ਈਗਰਟਨਸ ਨੀਸ, ਇੱਥੇ ਪੰਗਾ ਪੈਂਦਾ ਜੀ, ਈਗਰਟਨ ਦੀ ਨੀਸ ਦੇ ਨਾਲ ਹੀ ਉਹ ਉਹਨਾਂ ਨੂੰ ਪਿਆਰ ਹੋ ਜਾਂਦਾ, ਜੌਨ ਡਨ ਸਾਹਿਬ ਨੂੰ, ਜਿਹਨਾਂ ਦਾ ਨਾਮ ਸੀ ਐਨ ਮੋਰ।
एंड सीक्रेटली मैरिड हर विदाउट हिज पैटर्नज परमिशन इन 1601 1601 दे विच हो एन मूर नू लेके व्याह करा लेंदे आ ते बिना अपने जिहड़े थॉमस ईगर्टन आ उन्हां नू दस्से आ है ना ते उस ते सिंपल जी गल आ गुस्सा तां आऊगा जी है ना दिस अर्नड हिम द आयर ऑफ ईगर्टन ईगर्टन आयर मतलब गुस्सा होना Ire of Egerton resulted in his dismissal from the position of chief secretary and brief imprisonment. The chief secretary di post to Thomas Egerton saab ne hata ditta. Us to baad thoda ja unhanu jail bhi jana paya. Jail jaan karke ek ta unhan di aamdan kat gayi. Te us to baad unhanu bada hi aukha jeevan jehda hega batit karna paya. Te phir oh jadon likhde aa kavita de vich apni poetry de vich ta oh ik shabd likhde aa dhyan rakhiyo itthe. John Donne एन उन्हां दी जिहड़ी वाइफ सी जिन्हां नाल विआह करवाया उन्होंने एन डन कौमा अनडन बड़ी वधिया जी लाइन आ इह लाइन लिखी उन्होंने जॉन डन साहब ने जदों उह भज्जे उन्हां नूं लैके विआह करवाया ते उन्होंने मतलब सिंपल जी गल इह लिखी कि मेरे भाई बर्बादी हो गई एक तरह की मेरा जिहड़ा करियर सी उह खड़ गया चलदा चलदा है ना नाल दी नाल जिहड़ी इंप्रीजनमेंट उन्हां नूं जेल हुई जेल दे विच एक बंदा होर पीसिया गया वह कौन सीगा वह सीगा जी सैमुअल ब्रुक सैमुअल ब्रुक कौन सी सैमुअल ब्रुक कौन सी दोस्तों सैमुअल ब्रुक सीगा जिन्ने उहदी मैरिज करवाई दोवां दी है ना वह एक पादरी सीगे चर्च दे विच ते नाल दी नाल ही पादरी नूं भी बेचारे नूं जेल का सामना करना पैंदा ते इस तरह यह जिहड़ा हैगा उहदे कैरियर च इक डाउनफॉल सीगा जॉन डन दे नैक्सट After his release बाहर आ गया Donne accepted a country life at Pyrford सरी सरी दे विच अपनी वो जिहड़ी लाइफ शुरू की दोबारा उन्हें एंड आ मीगर लाइफ एज अ लॉयर ते वो बड़ी छोटी जी काम जी सधारण जिंदगी जीण लग पे एज अ वकील है ना Donne was pioneer of the metaphysical poetry सब तो ज़्यादा मैटाफिजिकल पोएट्री की शुरुआत जो की तो मतलब इन फादर ऑफ मैटाफिजिकल पोएट्री कहा जाता मैटाफिजिकल पोएट्री बहुत ही मशहूर हुई इन्हों की फेमस हुई इन्हें जी मैटाफिजिकल पोएट्री थी वो वर्ल्ड लैवल से अज तक भी फेमस आ पर इन द अदर हैंड जी पेट्रार्चन ज क्लासीकल उधर वाले राइटर सी जे है ना ग्रीस वाले ज रोमन रोम दे उन्होंने इनू कहा कि तू तो भाई नकला मारदा भी ये कोई तेरी मतलब मैटाफर तोड़ मरोड़ के तू मैटाफिजिकल कंसीट तैयार की है तो जी पेट्रार्चन कंसीट सी इधरों जी मैटाफिजिकल कंसीट सी ए थोड़ा थोड़ा जो फ्रिक्शन हैगी चलती रही टाइम टू टाइम है ना उस तो बाद Donne रिवोल्टेड अगेंस्ट द ट्रडिशन ऑफ एडमंड स्पेंसर Donne वो बंदा सी जिन्हें एडमंड स्पेंसर जो कि आप पहला पढ़िया जी एलिजाबेथन एज के जिड़े उस पोएट्री जिस तरह की लिखता से वो विरोध के जाने के नवी पोएट्री स्थापित की है ना Donne wrote many of his significant works. उन्हें काफ़ी अपने जोड़े वर्क वधिया लिखे Divine Poems 1609 दे विच याद रखे हुए Wythantos 1607 दे विच दोस्तों ये जोड़े इन्हों वर्क सीगे एक तो डिवाइन पोएम्स इन 1607 ते नाल ही Wythantos 1607 दे विच इन्हों का थीम की सी बहुत फेमस हुए तो याद भी रखना पेपर च आ सकते हैं डिफेंस ऑफ सुसाइड ड्यूरिंग दिस पीरियड इस पीरियड दे विच सुसाइड बहुत होंगे सी है ना तो वो मतलब सुसाइड दे उपर एक तरह का मतलब थीम सीगा इन वर्क्स का है ना ही रोट टू एनिवर्सरीज उन्होंने दो एनिवर्सरीज भी लिखिया किड़ियाँ किड़ियाँ याद रखियो जे थोड़ा कोई क्वेश्चन आ जाता एनिवर्सरी केड़ी लिखी है ना हेठ लिखिया चो तो है एन एनाटोमी ऑफ द वर्ल्ड 1611 दे विच ऑफ द प्रोग्रेस ऑफ द सोल 1612 दे विच ते एक क्वेश्चन ये भी बन जाता दोस्तों सीधा सीधा कि जॉन डन ने एक वर्क लिखा ऑफ द प्रोग्रेस ऑफ द सोल इन 1612 दे विच पुछया जाता कि केड़ा वर्क सी ये जिहड़ा डन ने लिखा हेठ लिखिया जो फिर पुछया जा सकता कि कदों लिखिया 1612 दे विच ते फिर ये भी पुछया जा सकता कि जिहड़ा वर्क सीगा ऑफ द प्रोग्रेस ऑफ द सोल ये किनूं डेडिकेटेड सी इट वॉज डेडिकेटेड टू ड्रूरी DRURY ये बहुत इंपॉर्टेंट है जी है ना In 1610 and 1611, he wrote two anti-Catholic polemics. Ah, बहुत important है जी ये वैसे तो सारे important ने two anti-Catholic polemics लिखी हैं सीने Catholic दे विरोध दे विच एक तो हैगा सीगा pseudo martyr दूसरा Ignatius his conclave ये बहुत famous हो या सीधा question आ जाता pseudo martyr की दा work है जी या फिर है किया
की है जी, एंटी कैथलिक पोलेमिक है ना। उसे तरह इग्नाटियस इज कॉन्क्लेव, एक इहदा वर्क है जी जॉन डन दा, है ना, की है ये एंटी कैथलिक पोलेमिक है जी। दोस्तों ये भी नाल दसना जरूरी बन जाता दोस्तों, जॉन डन साहब का जो विआह होया एन मूर के नाल, तो उन्होंने जोड़ा करीयर सगा वो डाउनफॉल वाल शुरू हो गया। तो नाल दी नाल दूजा पंगा ये पै रहा है कि विआह दे 16 साल दे विच विच ही जॉन डन साहब दे ते एन मूर दे 12 बच्चे हो चुके सीगे। 16 सालों दे विच 12 बच्चे। तो दूजी समस्या ये भी सी भी उन्हां नूं रोटी कित्थों खवावे बेचारा, है ना। तो यह बड़ी वड्डी समस्या सी। हालांकि उन्हां दा जिहड़ा लास्ट बच्चा सीगा 12वां, वो मतलब डैथ हो गई सी उहदी। उस तो बाद दोस्तों जीसस कोरा अलांजो डिवाइड करते हैं जॉन डन की पोएट्री नूं तीन मेन ग्रुप दे विच, तीन तरह के ग्रुप डिवाइड करते हैं जॉन डन की पोएट्री नूं। स्टायर्स पहला जिहड़ा हैगा, स्टायर्स साइनिकली एंटी पेट्रार्चन लव पोएम्स, एंटी पेट्रार्चन लव पोएम्स सीगियां इन्हां दीआं। दूजा की सीगा, सिंसियर डीपली फेल्ट न्यू प्लेटोनिक एमेचरी पोएम्स एंड फिलोसॉफिकल कंप्लीमेंट्री वर्सेज टू इन्फ्लुएंशियल फीमेल फ्रेंड्स। थर्ड वन इज हिज डिवोशनल पोएम्स। तो ये जिहड़ी हैगी उन्हां दी पोएट्री आ। तो एक चीज़ इत्थे होर ऐड करनी जरूरी बन जाती है, विआह तो पहला जिहड़ी उन्हां दी पोएट्री सीगी वो जां तां सीगी लव ते, है ना, जां सैक्स दे उपर। जॉन डन साहब की जिहड़ी पोएट्री सी उस तो बाद उन्होंने हालात खराब हो जाते इकनोमिकली विआह तो बाद। तो विआह तो बाद जदों उन्हां दी वाइफ की डैथ हो जाती है तो एक ये सहु खाते हैं जॉन डन साहब कि वह ता उम्र विआह नहीं कराउणगे, तो नहीं भी कराया उन्होंने, है ना। उस तो बाद एक वो जिहड़ी पोएट्री है उन्होंने, उन्होंने लिखण च बहुत ज़्यादा तब्दीली आती है। तो वह किस तरह पोएम्स लिखण लग जाते हैं, एक तो रिलीजियस तो एक डैथ के नेड़े तेड़े दी पोएम्स, है ना, ये भी ध्यान रखने वाली गल है। नैक्सट दोस्तों उन्होंने वर्क किड़े से, स्यूडोमार्टर 1610, इग्नाटियस इज कनक्लेव 1611, एंड एनाटॉमी ऑफ द वर्ल्ड वेरी इंपॉर्टेंट 1611 दे विच, द सैकेंड एनीवर्सरी ऑफ द प्रोग्रेस ऑफ द सोल 1612 दे विच। थोनू पूछा जा सकता द सैकेंड एनीवर्सरी इहदा दूजा नाम की सी, ऑफ द प्रोग्रेस ऑफ द सोल, जां ओ नाम दे के सैकेंड एनीवर्सरी, है ना, इस तरह। नैक्सट अ सैरमैन अपॉन 15th वर्स ऑफ 10th चैप्टर ऑफ द बुक ऑफ एब्जिस 1612 दे विच, द बुक ऑफ एब्जिस 1622 दे विच। नैक्सट अ सैरमैन अपॉन द 8th वर्स ऑफ द फर्स्ट चैप्टर ऑफ द एक्ट्स ऑफ द एपोस्टल्स 1622 दे विच। नैक्सट दोस्तों एंखेनिया, द फीसट ऑफ डेडिकेशन सैलीब्रेटिड एट लिंकनज इन इन अ सैरमन देयर अपोन असेंशन डे 1623। उस तो बाद डिवोशंस अपोन एमरजेंट ओकेजन से सीधा क्वेश्चन आया होया कि यह वर्क किदा जी, है ना। नैक्सट वर्क हैगा दोस्तों डैथ्स ड्यूअल, यह भी सीधा आया होया कि यह वर्क किन्ने लिखिया 1623 दे, सोंग्स एंड सोनेट 1633 दे, बायथानाटोज़ है कि है जी। बहुत इंपॉर्टेंट आ डेक्लरेशन ऑफ दैट पैराडॉक्स एंड थीसिस दैट सेल्फ ह्यूमिसाइड इज नॉट सो नैचुरली सिंस दैट इट मे नेवर बी अदरवाइज पबलिश्ड 1647 पबलिश होया जी। तो एक चीज़ होर दसनी जरूरी बन जाती है, जॉन डन के जिन्हें भी वर्क आ, जिद्या कि उन्होंने डैथ 1631 होंगी है, तो उन्होंने वर्क ऑलमोस्ट सारे 1633 डैथ तो बाद ही पबलिश होंगे आ। तो जिहड़े डैथ तो बाद पबलिश हुंदे आ उन्हां नूं कहिंदे आ जी पोस्टहूमस वर्क्स। उस तो बाद दोस्तों डनज फेमस पोइम्स किहड़ियां फेमस होईयां, बहुत इंपॉर्टेंट ने जी, ध्यान रखना, तुहानूं सीधा पेपर च आ सकदा हेठ लिखियां चों किहड़ी डन दी पोइम आ। द फ्ली तुसीं ग्रेजुएशन जां मास्टर्स दे विच पढ़ी होणी आ, द सनराइजिंग अ बेलेडिक्शन फॉरवर्ड मॉर्निंग एक्सटेसी एलजी 20 टू हिज मिस्ट्रेट गोइंग टू बेड, उन्हां दे जिहड़े वाइफ सी बीमार हो गए सी उन्हां ते आ। हॉली सोनेट होली सोनेट 10th डैथ बी नॉट प्राउड, उन्होंने मिसेज तो उन्होंने मिसेज की डैथ तो बाद जो लिखन लगे, तो डैथ तो थोड़ा क्या कि बहुत उन्होंने वर्क किया। होली सोनेट 14 बैटर माई हर्ट 3% गॉड हैम टू गॉड और माई गॉड इन माई सिकनेस, गुड फ्राइडे 1613 दे राइडिंग वैस्टवर्ड, ये भी इन्हों का वर्क हुआ फेमस। नैक्सट द गुड मोरो द कैनेनाइजेशन बहुत इंपॉर्टेंट है जी, द कैनेनाइजेशन। उस तो बाद दोस्तों डनज डिवोशंस अपोन एमरजेंट ओकेजन 1624 ध्यान रखियो, लिखा गया क्योंकि पबलिश तो बाद हो, है ना। डनज डिवोशंस अपोन एमरजेंट ओकेजन,
ਸੋ ਜਿਹੜਾ ਇਹ ਹੈਗਾ ਦੋਸਤੋ ਡਨਜ਼ ਡਿਵੋਸ਼ਨਸ ਅਪੋਨ ਐਮਰਜੈਂਟ ਓਕੇਜਨਸ 1624 ਦੇ ਵਿੱਚ, ਇਹਦੇ ਵਿੱਚ ਕੀ ਆ ਦੇਖੋ, ਇੱਕ ਪ੍ਰੋਜ਼ ਵਰਕ ਹੈਗਾ ਡੈਡੀਕੇਟ ਕਿਹਨੂੰ ਕੀਤਾ ਗਿਆ, ਚਾਰਲਸ ਵਨ ਨੂੰ, ਹੈ ਨਾ, ਇਹ ਧਿਆਨ ਰੱਖਣਾ ਕੁਐਸਚਨ ਬਣ ਜਾਂਦਾ, ਇਹ ਧਿਆਨ ਰੱਖਣਾ ਤੁਸੀਂ ਕੁਐਸਚਨ ਬਣ ਜਾਂਦਾ ਹੈ। ਇਟ ਵਾਜ਼ ਰਿਟਨ ਆਫਟਰ ਹੀ ਰਿਕਵਰਡ ਫਰੋਮ ਅ ਸੀਰੀਅਸ ਬਾਊਟ ਇਲਨੈਸ, ਜਦੋਂ ਡਨ ਸੀਰੀਅਸ ਇਲਨੈਸ ਬਾਊਟ ਦੀ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਉੱਤੋਂ ਨਿਕਲਦੇ ਆ ਉਦੋਂ ਲਿਖਦੇ ਆ ਇਹ। ਇਜ਼ ਲਾਸਟ ਸਰਮਨ, ਲਾਸਟ ਸਰਮਨ ਕਿਹੜਾ ਸੀ ਪੁੱਛਿਆ ਜਾ ਸਕਦਾ, ਡੈਥਸ ਡੂਅਲ ਔਰ ਆ ਕੰਸੋਲੇਸ਼ਨ ਟੂ ਦਾ ਸੋਲ, ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ, ਆ ਕੰਸੋਲੇਸ਼ਨ ਟੂ ਦਾ ਸੋਲ ਜਾਂ ਡੈਥਸ ਡੂਅਲ ਦਾ ਦੂਜਾ ਨਾਮ ਕੀ ਸੀਗਾ, ਹਨਾ। Dunn's next Dunn became a priest of the Anglican Church in 1615. Dunn ਜਿਹੜੇ ਹੈਗੇ ਆ 1615 ਦੇ ਵਿੱਚ ਜਿਹੜਾ ਐਂਗਲੀਕਨ ਚਰਚ ਦੇ ਪਾਦਰੀ ਬਣ ਗਏ, ਐਂਡ ਵਾਜ਼ ਅਪਾਇੰਟਡ ਰਾਇਲ ਚੈਪਲਨ ਲੇਟਰ ਦੈਟ ਈਅਰ, ਉਸੇ ਈਅਰ ਦੇ ਵਿੱਚ ਉਹ ਰਾਇਲ ਚੈਪਲਨ ਵੀ ਅਪਾਇੰਟ ਹੋ ਗਏ। ਇਨ 1621 Dunn ਵਾਜ਼ ਮੇਡ ਡੀਨ ਆਫ ਦਾ ਸੇਂਟ ਪੋਲ ਕੈਥੇਡ੍ਰਲ, ਤਾਂ ਇੱਥੇ ਡੀਨ ਵੀ ਬਣ ਗਏ ਉਹ, ਹੈ ਨਾ। He died on 31st March 1631. 31 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ, ਐਂਡ ਬਰੀਡ ਐਟ ਸੇਂਟ ਪੌਲਸ ਕੈਥੇਡ੍ਰਲ, ਉੱਥੇ ਉਹਨਾਂ ਨੂੰ ਦਫਨਾ ਦਿੱਤਾ ਗਿਆ, ਕਿੱਥੇ, ਸੇਂਟ ਪੌਲ ਕੈਥੇਡ੍ਰਲ ਦੇ ਵਿੱਚ। ਇੱਕ ਚੀਜ਼ ਹੋਰ ਦੋਸਤੋ, ਜਿਹੜੇ ਜੌਨ ਡਨ ਸਾਹਿਬ ਸੀ ਉਹ 1602 ਦੇ ਵਿੱਚ ਮੈਂਬਰ ਵੀ ਬਣ ਗਏ ਸੀ ਪਾਰਲੀਮੈਂਟ ਦੇ, ਐਮ ਪੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਮੈਂਬਰ ਆਫ ਪਾਰਲੀਮੈਂਟ, ਅਤੇ ਨਾਲ ਹੀ ਜਿਹੜੇ ਜੌਨ ਡਨ ਸਾਹਿਬ ਹੈਗੇ ਆ ਉਹ ਬਹੁਤ ਹੀ ਮਤਲਬ ਪੋਇਟਰੀ ਨੂੰ ਬਹੁਤ ਆਸਾਨੀ ਨਾਲ ਜਾਂ ਆਸਾਨ ਤਰੀਕੇ ਨਾਲ ਲਿਖ ਲੈਂਦੇ ਸੀ, ਅਤੇ ਇਹ ਵੀ ਕਹਿ ਸਕਦੇ ਕਿ ਪੋਇਟਰੀ ਨਾਲ ਖੇਡਦੇ ਸੀ। ਅਤੇ ਮੀਟਰ ਉਹਨਾਂ ਦਾ ਸੀਗਾ ਜਿਹੜਾ ਲਿਖਣ ਦਾ, ਉਹ ਤੇ ਕੁਛ ਇੱਕ ਉਸ ਟਾਈਮ ਦੇ ਕੰਟੈਂਪਰੇਰੀ ਜਾਂ ਬਾਅਦ ਵਾਲੇ ਪੋਇਟ ਜਿਹੜੇ ਹੈਗੇ ਆ ਉਹ ਕਹਿੰਦੇ ਸੀ ਵੀ ਇਹ ਮੀਟਰ ਦਾ ਜਿਹੜਾ ਹੈਗਾ ਨਹੀਂ ਧਿਆਨ ਰੱਖਦਾ, ਹੈ ਨਾ। ਤਾਂ ਇਸੇ ਤਰ੍ਹਾਂ ਕਈ ਬੰਦੇ ਸੀਗੇ ਜਿਹੜੇ ਡਰਾਈਡਨ ਸਾਹਿਬ ਨੇ ਉਹਨਾਂ ਤੇ ਕਮੈਂਟ ਕੀਤਾ, ਹੈ ਨਾ, ਕਿ ਮੀਟਰ ਦਾ ਧਿਆਨ ਨਹੀਂ ਰੱਖਦੇ। ਉਹ ਤੋਂ ਬਾਅਦ ਬੈਨ ਜੌਨਸਨ ਜਿਹੜੇ ਕਿ ਜੈਕਬੀਅਨ ਏਜ ਦੇ ਰਾਈਟਰ ਹੋਏ ਆ ਤੇ ਕ੍ਰਿਟਿਕ ਵੀ ਹੋਇਆ ਬੈਨ ਜੌਨਸਨ ਸਾਹਿਬ ਬਹੁਤ ਵੱਡੇ, ਉਹ ਲਿਖਦੇ ਆ ਡਨ, ਉਸ ਤੋਂ ਬਾਅਦ ਕੌਮਾ, ਫੋਰ ਨੋਟ ਕੀਪਿੰਗ ਮੀਟਰ ਔਰ ਐਕਸੈਂਟ ਡਿਜ਼ਰਵਡ ਹੈਂਗਿੰਗ, ਤੇ ਇਹ ਕਹਿੰਦੇ ਆ ਬੈਨ ਜੌਨਸਨ ਸਾਹਿਬ ਕਿ ਉਹਨਾਂ ਨੂੰ ਹੈਂਗ ਕਰ ਦਿੱਤਾ ਜਾਣਾ ਚਾਹੀਦਾ, ਮੀਟਰ ਦਾ ਧਿਆਨ ਨਹੀਂ ਰੱਖਦੇ, ਹੈ ਨਾ। ਵੱਖਰੇ ਵੱਖਰੇ ਮਤਲਬ ਥਿਊਰੀਜ਼, ਵੱਖਰੀਆਂ ਵੱਖਰੀਆਂ ਗੱਲਾਂ, ਇਹ ਦੁਨੀਆ ਦੇ ਵਿੱਚ ਚੱਲਦਾ ਆਇਆ ਤੇ ਚੱਲਦਾ ਰਹੂਗਾ, ਹੈ ਨਾ। ਸੋ ਇੱਥੇ ਹੀ ਆਪਣੇ ਜੌਨ ਡਨ ਸਾਹਿਬ ਖਤਮ ਹੁੰਦੇ ਆ ਜੀ। ਨੈਕਸਟ ਰਾਈਟਰ ਜਿਹੜਾ ਹੈਗਾ ਜੈਕਬੀਅਨ ਏਜ ਦਾ ਬੈਨ ਜੌਨਸਨ, ਜਿਨ੍ਹਾਂ ਨੇ ਆ ਹੁਣੀ ਇਹਨਾਂ ਨੂੰ ਕਹਿ ਕੇ ਹਟਿਆ ਕਿ ਇਹਨਾਂ ਨੂੰ ਹੈਂਗ ਕਰ ਦਿਓ ਡਨ ਸਾਹਿਬ ਨੂੰ, ਹੈ ਨਾ, ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਬੈਨ ਜੌਨਸਨ ਇੱਕ ਬਹੁਤ ਅੱਛੇ ਰਾਈਟਰ ਹੋਏ ਆ ਤੇ ਵਿਲੀਅਮ ਸ਼ੇਕਸਪੀਅਰ ਸਾਹਿਬ ਨਾਲ ਉਹ ਬੜੇ ਅੱਛੇ ਦੋਸਤ ਸੀਗੇ। ਤੇ ਨੈਕਸਟ ਰਾਈਟਰ ਆਪਾਂ ਜੈਕਬੀਅਨ ਏਜ ਦੇ ਸੈਕੰਡ ਰਾਈਟਰ ਸਿਲੇਬਸ ਦੇ ਅਕੋਰਡਿੰਗ ਲੈ ਕੇ ਆਉਂਦੇ ਹਾਂ ਜੀ, ਬੈਨ ਜੌਨਸਨ। ਉਦੋਂ ਤੱਕ ਲਈ ਆਪਣਾ ਧਿਆਨ ਰੱਖੋ, ਸਾਡਾ ਜਿਹੜਾ ਚੈਨਲ ਆ ਇਹਨੂੰ ਸੁਣੋ, ਜਿੰਨਾ ਵੱਧ ਤੋਂ ਵੱਧ ਇਹਦੇ ਨੋਟਸ ਬਣਾ ਸਕਦੇ ਹੋ ਲਿਖ ਕੇ, ਹੈ ਨਾ, ਸਕਰੀਨਸ਼ਾਟ ਲੈ ਸਕਦੇ ਹੋ ਤੇ ਬਹੁਤ ਪਿਆਰੇ ਤੇ ਸ਼ਾਰਟ ਨੋਟਸ ਬਣਾ ਕੇ ਰੱਖੋ ਤਾਂ ਕਿ ਤੁਹਾਨੂੰ ਅੱਗੇ ਦੁਬਾਰਾ ਦੁਬਾਰਾ ਇਹ ਲੈਕਚਰ ਨਾ ਸੁਣਨੇ ਪੈਣ। ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਲੈਕਚਰ ਬਹੁਤ ਵਧੀਆ ਲੱਗਿਆ ਹੋਊਗਾ। ਫਿਊਚਰ 'ਚ ਵੀ ਅਸੀਂ ਬਹੁਤ ਵਧੀਆ ਮਟੀਰੀਅਲ ਤੁਹਾਡੇ ਕੋਲ ਹਰੇਕ ਸਬਜੈਕਟ ਦਾ ਲੈ ਕੇ ਆਉਂਦੇ ਰਵਾਂਗੇ, ਤੇ ਸੋਸਾਇਟੀ ਦੇ ਵਿੱਚ ਇੱਕ ਵਧੀਆ ਜਾਣੀ ਕਿ ਨੌਲੇਜ ਨੂੰ ਅੱਛੇ ਤਰੀਕੇ ਨਾਲ ਸਪਰੈਡ ਕਰਨ ਦੀ ਕੋਸ਼ਿਸ਼ ਕਰਾਂਗੇ। ਇਸੇ ਨਾਲ ਅਸੀਂ ਅੱਜ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਜੀ। ਨੈਕਸਟ ਲੈਕਚਰ ਦੇ ਵਿੱਚ ਬੈਨ ਜੌਨਸਨ ਸਾਹਿਬ ਨਾਲ ਫਿਰ ਮਿਲਦੇ ਹਾਂ। ਥੈਂਕ ਯੂ ਵੈਰੀ ਮੱਚ, ਟੇਕ ਕੇਅਰ ਆਲ ਆਫ ਯੂ।